ਰੁਕ ਕਰਾਂਗੇ ਅਗਲੀ ਖਬਰ ਦਾ ਜੋ ਕਿ ਫਾਜ਼ਿਲਕਾ ਤੋਂ ਹੈ। ਫਾਜ਼ਿਲਕਾ ਦੇ ਵਿੱਚ ਧਾਰਮਿਕ ਗ੍ਰੰਥੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਪਿੰਡ ਦੇ ਇੱਕ ਸ਼ਖਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਧਾਰਮਿਕ ਗ੍ਰੰਥ ਦੇ ਪੰਨਿਆਂ ਦੀ ਬੇਅਦਬੀ ਕੀਤੀ ਗਈ। ਇਲਾਕੇ ਦੇ ਲੋਕਾਂ ਦੇ ਮੁਤਾਬਕ ਮੁਲਜ਼ਮ ਮਾਨਸਿਕ ਤੌਰ ਤੇ ਬਿਮਾਰ ਹੈ। ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਤਾਜ਼ਾ ਮਾਮਲਾ ਫਾਜ਼ਿਲਕਾ ਦੇ ਪਿੰਡ ਹਸਤ ਕਲਾਂ ਦੇ ਗੁਰਦੁਆਰਾ ਸਾਹਿਬ ਦਾ ਹੈ। ਪਿੰਡ ਦੇ ਸਰਪੰਚ ਮੁਤਾਬਕ ਮੁਲਜ਼ਮ ਨੌਜਵਾਨ ਮਨੋਹਰ ਲਾਲ ਰਾਤ ਦੇ ਵਕਤ ਤਾਲਾ ਤੋੜ ਕੇ ਗੁਰਦੁਆਰਾ ਸਾਹਿਬ ਚ ਵੜਿਆ। ਇਸ ਦਰਮਿਆਨ ਨੌਜਵਾਨ ਦੀ ਮਾਂ ਤੇ ਭੈਣ ਉਸ ਨੂੰ ਵਾਪਸ ਲੈਣ ਪਹੁੰਚੇ। ਉਸ ਦੌਰਾਨ ਪਵਿੱਤਰ ਗ੍ਰੰਥ ਦੀ ਬੇਅਦਬੀ ਹੋਈ ਹੈ। ਉਸੇ ਸਮੇਂ ਗ੍ਰੰਥੀ ਮੱਕਣ ਸਿੰਘ ਅਤੇ ਪਿੰਡ ਦੇ ਲੋਕ ਉੱਥੇ ਪਹੁੰਚ ਗਏ। ਪਿੰਡ ਵਾਲਿਆਂ ਮੁਤਾਬਕ ਮੁਲਜ਼ਮ ਨੌਜਵਾਨ ਦਾ ਮਾਨਸਿਕ ਸੰਤੁਲਨ ਸਹੀ ਨਹੀਂ ਸੀ, ਕਿਉਂਕਿ ਇਹਨਾਂ ਨੂੰ ਇਸ ਤੋਂ ਪਹਿਲਾਂ ਵੀ 25 ਦਿਨ ਹੋ ਗਏ ਦਿਮਾਗ ਦੀ ਟੈਨਸ਼ਨ ਹੋਈ ਸੀ। ਮੁਜਾਲ ਹਸਪੀਟਲ ਤੋਂ ਉਹਦੀ ਇਲਾਜ ਚੱਲ ਰਿਹਾ ਦਿਮਾਗੀ। ਘਰੋਂ ਗੁਰਦਾ ਸਾਹਿਬ ਪੜ੍ਹਦੇ ਘਰੋਂ ਭੱਜ ਕੇ ਵਾਹਿਗੁਰੂ ਕਰਦਾ ਅਤੇ ਗੁਰਦੁਆਰਾ ਸਾਹਿਬ ਪਹੁੰਚੇ। ਮਾਤਾ ਨੂੰ ਪਤਾ ਚੱਲਿਆ, ਭੈਣ ਨੂੰ, ਭੱਜ ਕੇ ਉਹ ਵੀ ਪਿੱਛੇ ਆ ਗਏ। ਬਾਬਾ ਜੀ ਦੀ ਗੱਦੀ 'ਤੇ ਆ ਕੇ ਬੈਠ ਤੇ ਬਾਬਾ ਜੀ ਦੇ ਪ੍ਰਕਾਸ਼ ਸੀ ਦੇ ਬਾਬਾ ਜੀ ਪੜ੍ਹਨ ਲੱਗੇ ਸੀ ਅਤੇ ਮਾਤਾ ਨੇ ਮੁੰਡੇ ਨੂੰ ਖਿੱਚ ਕੇ ਪੇਜ ਪਰਤਾ ਰਹੇ ਸੀ ਬਾਬੇ ਦੇ ਅੰਗ, ਅਤੇ ਮਾਤਾ ਨੇ ਖਿੱਚ ਕੇ ਥੱਲੇ ਲਾਉਣ ਲੱਗਿਆ ਸੀ ਅਤੇ ਪੇਜ ਜਿਹੜੇ ਹੱਥੇ ਮੁੰਡੇ ਦੇ ਆ ਗਏ ਸੀ। ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ 'ਚ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸਖ਼ਤ ਸਜ਼ਾ ਦਿੱਤੇ ਜਾਣ ਦੀ ਹਮਾਇਤ ਕਰ ਰਹੇ ਨੇ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੌਜਵਾਨ ਮਾਨਸਿਕ ਤੌਰ 'ਤੇ ਠੀਕ ਨਹੀਂ ਅਤੇ ਸਥਾਨਕ ਡਾਕਟਰ ਕੋਲ ਉਸਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਨੇ ਮਨੋਹਰ ਲਾਲ ਦੇ ਖਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮ ਨੌਜਵਾਨ ਦੇ ਖਿਲਾਫ਼ ਧਾਰਾ 452-295A ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ, ਸੀਬੀ। ਖੈਰ, ਮਾਮਲਾ ਕਾਫ਼ੀ ਗੰਭੀਰ ਹੈ। ਇਸ ਦੇ ਵਿੱਚ ਕੀ ਕਾਰਵਾਈ ਹੋਵੇਗੀ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਹੈ।